ਪਿੰਡ ਰਾਜਪੁਰ ਵਿਖੇ ਬਣੇ ਭੱਠੇ ਦੀ ਪਥੇਰ ਕਰ ਰਹੇ ਪਿੰਡ ਟਾਣੀਆਂ ਬੈਠੇ ਯੂਪੀ ਦੀ ਲੇਬਰ ਦੇ ਵਿਅਕਤੀ ਦੀ 5 ਸਾਲਾ ਬੱਚੀ ਦੀ ਵਰਖਾ ਅਤੇ ਝੱਖੜ ਕਾਰਨ ਝੋਪੜੀ ਡਿੱਗਣ ਕਾਰਨ ਮੌਕੇ 'ਤੇ ਮੌਤ ਹੋ ਗਈ ਹੈ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮਾਸਕੀ 5 ਸਾਲਾ ਪੁੱਤਰ ਪ੍ਰਦੀਪ ਕੁਮਾਰ ਦਰਿਆਪੁਰ ਯੂਪੀ ਸਮੇਤ 7-8 ਪਰਿਵਾਰ ਟਾਂਡੀਆਂ ਪਿੰਡ ਦੇ ਨਜ਼ਦੀਕ ਯੂਪੀ ਦੀ ਲੇਬਰ ਕੱਚੀਆਂ ਇੱਟਾਂ ਦੀ ਪਥੇਰ ਕਰ ਰਹੇ ਸਨ। ਅੱਜ ਹੋਈ ਤੇਜ਼ ਵਰਖਾ ਅਤੇ ਝੱਖੜ ਕਾਰਨ ਝੇਰਿਆਂਵਾਲੀ ਤੋਂ ਟਾਂਡੀਆਂ ਦੇ ਵਿਚਕਾਰ ਪਥੇਰ ਕਰ ਰਹੇ ਉਮੇਸ਼ ਕੁਮਾਰ ਪੁੱਤਰ ਹੇਮਰਾਜ ਵਾਸੀ ਦਰਿਆਪੁਰ ਨੇ ਦੱਸਿਆ ਕਿ ਕਰੀਬ 6 ਵਜੇ ਇੱਥੇ ਬਣੀ ਝੋਪੜੀ ਵਿੱਚ ਪ੍ਰਦੀਪ ਕੁਮਾਰ ਦਾ ਪਰਿਵਾਰ ਗੜੇਮਾਰੀ ਕਾਰਨ ਅੰਦਰ ਸੀ। ਤੇਜ਼ ਝੱਖੜ ਕਾਰਨ ਝੋਪੜੀ ਡਿੱਗਣ ਕਾਰਨ ਅੰਦਰ ਮੰਜੇ 'ਤੇ ਸੁੱਤੀ ਪਈ 5 ਸਾਲਾ ਮਾਸਕੀ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਖਬਰ ਸੁਣਦੇ ਹੋਏ ਪਿੰਡ ਝੇਰਿਆਂਵਾਲੀ ਦੇ ਮੋਤਵਾਰ ਕੁਲਦੀਪ ਸਿੰਘ ਪ੍ਰਧਾਨ, ਰਾਮ ਸਿੰਘ ਵੀਰੇਵਾਲਾ ਜੱਟਾ, ਸਤਨਾਮ ਸਿੰਘ ਝੇਰਿਆਂਵਾਲੀ, ਰਾਜਵੰਤ ਸਿੰਘ ਮੈਂਬਰ, ਦਰਸ਼ਨ ਸਿੰਘ ਘਟਨਾ ਵਾਲੀ ਸਥਾਨ 'ਤੇ ਪੁੱਜ ਗਏ, ਪੀੜਤ ਪਰਿਵਾਰਾਂ ਦੀ ਮਦਦ ਕੀਤੀ। ਇਸ ਮੌਕੇ ਪਿੰਡ ਟਾਂਡੀਆਂ ਅਤੇ ਝੇਰਿਆਂਵਾਲੀ ਦੇ ਸੂਝਵਾਨ ਲੋਕਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ 6-7 ਪਰਿਵਾਰਾਂ ਦੇ 30 ਤੋਂ ਜ਼ਿਆਦਾ ਮੈਂਬਰਾਂ ਨੂੰ ਲੰਗਰ ਭੋਜਨ ਦਾ ਇੰਤਜ਼ਾਮ ਕੀਤਾ। ਇਹ ਟਾਂਡੀਆਂ ਦਾ ਰਕਬਾ, ਇੱਥੇ ਇੱਕ ਭੱਠੇ ਇਤਿਹਾਸ ਦਾ ਵਾਪਰਿਆ ਹੈ ਕਿ ਜੋ ਜਾਨੀ ਨੁਕਸਾਨ ਹੋਇਆ, ਇੱਕ ਬੱਚੀ ਦੀ ਡੈਥ ਹੋਈ ਆ, ਝੋਪੜੀਆਂ ਡਿੱਗ ਗਈਆਂ, ਇੱਥੇ 30-35 ਆਦਮੀ ਰਹਿੰਦੇ ਸੀ, ਇਹਨਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ। ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਕੁਛ ਨਾ ਕੁਛ ਸਹਾਇਤਾ ਕਰੀ ਜਾਵੇ। ਇਹਨਾਂ ਦੀ ਇੱਕ ਦੀਵਾਰ ਡਿੱਗਣ ਨਾਲ ਡੈਥ ਹੋਈ ਹੈ ਜੀ, ਕਿਉਂਕਿ ਚਕਗੇੜਾ ਬਹੁਤ ਜ਼ਿਆਦਾ ਆਇਆ ਸੀ, ਬਹੁਤ ਜ਼ਿਆਦਾ ਤੇਜ਼ ਰਫ਼ਤਾਰ 'ਤੇ ਆਇਆ ਸੀ। ਕਿੰਨੇ ਕੁ ਲੋਕ ਇੱਥੇ ਰਹਿੰਦੇ ਨੇ? 30-35 ਲੋਕ ਇੱਥੇ ਰਹਿੰਦੇ ਸੀ ਜੀ। ਅੱਛਾ ਅੱਛਾ। ਪਹਿਲਾਂ ਜ਼ਿਆਦਾ ਰਹਿੰਦੇ, ਕੁਛ ਪਿੰਡ ਚਲੇ ਗਏ ਸੀ ਗਾਵਾ ਦੇ, ਹੁਣ ਕੀ ਰਹਿਣ ਵਾਲੇ ਨੇ ਜੀ, ਭੱਠੇ ਦੇ ਲੇਬਰ ਕੰਮ ਕਰਦੇ, ਮਜ਼ਦੂਰੀ ਕਰਦੇ ਸੀ। ਜਿਹੜਾ ਝੱਖੜਾ ਹੈ ਜਿਹੜਾ 5:30 ਵਜੇ, ਉਸ ਝੱਖੜ ਤੋਂ ਸਾਨੂੰ ਜਦੋਂ ਪਤਾ ਲੱਗਿਆ ਸੀ ਤਾਂ ਪਿੰਡ ਦੇ ਵਿੱਚ ਹਾਹਾਕਾਰ ਮੱਚੀ, 4 ਸਵੇਰ ਝੱਖੜ ਨੇ ਮਤਲਬ ਹਾਹਾਕਾਰ ਮਚਾ ਸਕੇ। ਉੱਥੋਂ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਰੀਆਂ ਝੁੱਗੀਆਂ ਢਹਿ ਗਈਆਂ ਭੱਠਿਆਂ ਦੀਆਂ, ਉਸ ਪਿੰਡ ਦੇ ਵਿੱਚੋਂ ਭੱਜੇ, ਜਦੋਂ ਆ ਕੇ ਦੇਖਿਆ ਤਾਂ ਹਾਦਸਾ ਹੋਇਆ, ਇੱਕ ਬੱਚਾ ਮਰਿਆ ਪਿਆ ਸੀਗਾ, 3000 ਦੇ ਸੱਟਾਂ ਸੀਗੀਆਂ, ਹਾ ਕੋਲੋਂ ਮੱਚਾ ਰਿਹਾ ਸੀਗਾ, ਅਤੇ ਆ ਕੇ ਉਹਨਾਂ ਨੂੰ ਸਾਡੇ ਪਿੰਡ ਝੇਰੇ ਵਾਲੀ ਆ ਕੇ ਸੰਭਾਲਿਆ, ਉਹਨਾਂ ਨੂੰ ਸਰਪੰਚ ਸਾਹਿਬ ਆਏ, ਹੋਰ ਉਹਨਾਂ ਦੇ ਨਾਲ ਸਾਡੀ ਪੰਚਾਇਤ ਆਈ ਹੈ, ਉਹਨਾਂ ਨੇ ਸੰਭਾਲਿਆ। ਇਹ ਪ੍ਰਸ਼ਾਸਨ ਨੂੰ ਕੀ ਹੁਣ ਅੱਗੇ ਸੀ ਮੰਗ ਤੇ, ਗਰੀਬ ਬੰਦੇ ਨੇ ਜਿਹੜਾ ਮਾਲੀ ਹਾਲਤ ਦਿੱਤੀ, ਉਹਦੇ ਮਤਲਬ ਕੋਈ ਪ੍ਰਸ਼ਾਸਨ ਜਿਹੜੀ ਮਦਦ ਕਰ ਸਕਦਾ ਹੈਗਾ, ਵੱਧ ਵੱਧ ਇਹਨਾਂ ਦੀ ਮਦਦ ਕਰੇ, ਗਰੀਬ ਬੰਦੇ ਨੇ ਯੂਪੀ 'ਚੋਂ ਚੱਲ ਕੇ ਆਏ ਹੋਏ ਨੇ। ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਬਾਬੂ ਸਿੰਘ ਧਿੰਗਰ ਨੇ ਕਿਹਾ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਭੱਠਾ ਮਾਲਕਾਂ ਨੂੰ ਮਜ਼ਦੂਰਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਪੱਕੇ ਪ੍ਰਬੰਧਾਂ ਦੀ ਲੋੜ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ 'ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ 'ਤੇ ਵੀ ਨਹੀਂ ਪੁੱਜਿਆ, ਜਿਸ ਦੀ ਉਹ ਨਿੰਦਿਆ ਕਰਦੇ ਨੇ। ਕੀ ਘਟਨਾ ਹੋਈ ਹੈ ਜੀ, ਨਾਂ ਦੱਸੋ। ਇਹ ਜੀ ਭੱਠੇ ਤੋਂ ਇੱਕ ਮਜ਼ਦੂਰ ਸੀ, ਮਜ਼ਦੂਰੀ ਕਰਨ ਵਾਲਾ, ਇਹ ਮੀਂਹ ਦੇ ਕਾਰਨ ਕਰਕੇ ਉਹ ਝੁੱਗੀਆਂ ਦੇ ਵਿੱਚ ਬੈਠੇ ਸੀਗੇ, ਅਚਾਨਕ ਜਦੋਂ ਮੀਂਹ ਪੈਣ ਦੇ ਕਾਰਨ ਕਰਕੇ ਬੰਦੋਬਸਤ ਪੂਰਾ ਝੁੱਗੀਆਂ ਦਾ ਨਹੀਂ ਸੀਗਾ, ਉੱਥੋਂ ਡਿੱਗਣ ਦੇ ਕਾਰਨ ਕਰਕੇ ਬੱਚੇ ਦੀ ਮੌਤ ਹੋ ਗਈ। ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਹ ਕਰਦੇ ਹਾਂ, ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜਾਂ ਮਤਲਬ ਉਸ ਜਿਹੜੇ ਮਹਿਕਮੇ ਨੂੰ ਵੀ ਇਹਨਾਂ ਦਾ ਬੰਦੋਬਸਤ ਕੀਤਾ ਜਾਵੇ, ਅੱਗੇ ਤੋਂ ਇਹ ਘਟਨਾ ਨਾ ਹੋਵੇ। ਕਿਸ ਤਰ੍ਹਾਂ ਦਾ ਇਹ ਭੱਠਾ ਹੈ, ਹੋਰ ਵੀ ਬਹੁਤ ਲੋਕ ਰਹਿੰਦੇ ਆ ਇਸ ਤਰ੍ਹਾਂ ਦੇ, ਕੀ ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ? ਇਹਨਾਂ ਸੋਚਣਾ ਚਾਹੀਦਾ ਜੀ, ਇਹਨਾਂ ਦੀ ਪੂਰੀ ਪਾਬੰਦੀ ਕਰਨੀ ਚਾਹੀਦੀ ਹੈ, ਇਹਨੂੰ ਚੰਗੇ ਮਕਾਨ ਬਣਾ ਕੇ ਦੇਣੇ ਚਾਹੀਦੇ ਨੇ, ਚੰਗੇ ਨੇ ਪ੍ਰਬੰਧ ਕਰਨੇ ਚਾਹੀਦੇ। ਜਿੰਨੇ ਮਜ਼ਦੂਰ ਭੱਠਿਆਂ 'ਤੇ ਕੰਮ ਕਰਦੇ ਹੈ ਜਾਂ ਮਤਲਬ ਕਿ ਪੱਕੇ ਬਥੇਰ ਕਰਦੇ ਨੇ, ਜਿਹੜੇ ਇਹਨਾਂ ਦੇ ਮਾਲਕ ਆ ਭੱਠਿਆਂ ਵਾਲੇ ਜਾਂ ਕੰਪਨੀ ਆ ਜਿਹੜੀ ਕੰਮ ਕਰਾ ਰਹੇ, ਉਹਨਾਂ ਨੂੰ ਇਹਨਾਂ ਬਾਰੇ ਕੀ ਸੋਚਣਾ ਚਾਹੀਦਾ? ਇਹਨਾਂ ਸੋਚਣਾ ਚਾਹੀਦਾ ਜੀ, ਇਹਨਾਂ ਨੂੰ ਜਿਵੇਂ ਹੁਣ ਬੱਚੇ ਦੀ ਡੈਥ ਹੋ ਗਈ, ਇਹ ਬਹੁਤ ਮਾੜੀ ਗੱਲ ਹੋਈ, ਇਹਨਾਂ ਨੂੰ ਚੰਗੇ ਮਤਲਬ ਮਕਾਨ ਮਕੂਨ ਬਣਾ ਕੇ ਚੰਗੀ ਸਹੂਲਤ ਦੇਣੀ ਚਾਹੀਦੀ। ਭੱਠੇ ਦੇ ਮਾਲਕ ਵਿੱਕੀ ਕੁਮਾਰ ਨੇ ਕਿਹਾ ਕਿ ਮਜ਼ਦੂਰ ਨਾਲ ਦੁਖਦਾਈ ਘਟਨਾ ਹੋਈ ਹੈ, ਉਹਨਾਂ ਨੇ ਅਫਸੋਸ ਜ਼ਾਹਿਰ ਕਰਦੇ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਗੱਲ ਆਖੀ। ਮੇਰੀ ਕੋਈ ਨੌਲੇਜ ਨਹੀਂ ਹੈਗਾ ਜੀ। ਅੱਛਾ, ਕੀ ਨਾਂ ਤੁਹਾਡਾ? ਮੇਰਾ ਨਾਮ ਵਿੱਕੀ। ਅੱਛਾ, ਆਪਣਾ ਇਹ ਮਤਲਬ ਤੁਹਾਡੇ ਰੇਂਜ 'ਚੋਂ ਦਾ ਕੀ ਪਤਾ ਲੱਗਿਆ ਵੀ ਬੱਚਿਆਂ ਦੀ, ਕਿੰਨੇ ਦੀ ਬੱਚਿਆਂ ਦੀ ਡੈਥ ਹੋਈ ਹੈ ਜਾਂ? ਇੱਕ ਬੱਚੇ ਦੀ ਦੱਸਦੇ ਵੀ ਡੈਥ ਹੋਈ। ਅੱਛਾ ਅੱਛਾ, ਉਹ ਕੀ ਕਿੱਥੋਂ ਦੇ ਰਹਿਣ ਵਾਲੇ ਨੇ ਜੀ? ਕੀ ਮਤਲਬ ਸਮਝਦੇ ਹੋ ਤੁਸੀਂ ਹੁਣ ਇਹਦੇ ਸੰਬੰਧ 'ਚ? ਜਿਵੇਂ ਕਹਿਣਗੇ ਜੀ ਅਸੀਂ ਕਰਾਂਗੇ ਮਤਲਬ। ਠੀਕ ਹੈ, ਕੋਈ ਗੱਲ ਨਹੀਂ। ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ।